ਫਿਰੋਜ਼ਪੁਰ ਦੇ ਕਸਬਾ ਮੁਖੂ ਵਿੱਚ ਟੈਕਸੀ ਡਰਾਈਵਰ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਇੱਕ ਡਰਾਈਵਰ ਕੋਲੋਂ ਇੱਕ ਸਵਿਫਟ ਕਾਰ ਲੈ ਕੇ ਫਰਾਰ ਹੋਏ ਦੋ ਵਿਅਕਤੀਆਂ ਨੂੰ ਕਾਰ ਸਮੇਤ ਲੁਧਿਆਣੇ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ SSP ਭਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਕਸਬਾ ਮੁਖੂ ਦੇ ਟੈਕਸੀ ਸਟੈਂਡ ਤੋਂ ਕੁਝ ਲੋਕ ਕੋਟ ਈਸੇ ਖਾਨ ਜਾਣ ਲਈ ਕਹਿ ਕੇ ਟੈਕਸੀ ਲੈ ਕੇ ਗਏ ਸਨ, ਜਿਸ ਨੂੰ ਡਰਾਈਵਰ ਸੁਖਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਥੋੜ੍ਹੀ ਦੂਰ ਜਾ ਕੇ ਉਸਦਾ ਕਤਲ ਕਰਕੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ ਸਨ। ਅਗਲੇ ਦਿਨ ਲਾਸ਼ ਦੀ ਸੂਚਨਾ ਮਿਲਣ ਤੋਂ ਥਾਣਾ ਮੁਖੂ ਦੇ ਪੁਲਿਸ ਨੇ ਲਾਸ਼ ਦੀ ਸ਼ਨਾਖਤ ਕਰਾ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਜਿਸ ਦੇ ਚਲਦਿਆਂ ਉਹਨਾਂ ਦੋ ਦੋਸ਼ੀਆਂ ਨੂੰ ਲੁਧਿਆਣੇ ਦੇ ਹੰਬੜਾ ਰੋਡ ਤੋਂ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਨੂੰ 4 ਲੋਕਾਂ ਨੇ ਅੰਜਾਮ ਦਿੱਤਾ ਹੈ ਅਤੇ ਬਾਕੀ ਦੇ ਦੋਸ਼ੀ ਵੀ ਜਲਦ ਗ੍ਰਿਫਤਾਰ ਕਰ ਲਏ ਜਾਣਗੇ। ਫਿਰੋਜ਼ਪੁਰ ਤੋਂ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ। ਜੀ ਹੈਗੀ ਆ, ਕਿੱਥੋਂ ਦਾ ਸਰ ਮਾਮਲਾ ਹੈਗਾ ਸੀਗਾ, ਕੀ ਹੈਗਾ ਜੀ? ਦੇਖੋ, ਥਾਣਾ ਮੱਖੂ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਉਹ ਇੱਕ ਬਲਾਈਂਡ ਮਰਡਰ ਕੇਸ ਨੂੰ ਟਰੇਸ ਕਰਨ ਦੇ ਵਿੱਚ, ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਮਿਲੀ ਹੈ। ਬੇਸਿਕਲੀ ਮੈਟਰ ਇਹ ਹੈਗਾ ਕਿ 11 ਮਾਰਚ ਨੂੰ ਇੱਕ ਟੈਕਸੀ ਡਰਾਈਵਰ ਸੀ ਸੁਖਵਿੰਦਰ ਸਿੰਘ, ਉਹ ਟੈਕਸੀ ਮੱਖੂ ਟੈਕਸੀ ਸਟੈਂਡ ਪਰ ਉਸਕੀ ਗਾੜੀ ਚਲਦੀ ਸੀ, ਉਹ ਸਵਿਫਟ ਕਾਰ ਨੰਬਰ PB11Q9890। ਦੋ ਬੰਦੇ ਆਏ ਸੀ, ਉਹ ਕੋਟ ਇਸੇ ਖਾਂ ਕੇ ਲਈ ਟੈਕਸੀ ਕਿਰਾਏ ਪੇ ਕਰਕੇ ਮੱਖੂ ਸੇ ਲੈ ਗਏ ਸੀ। ਲੇਕਿਨ ਜਦੋਂ ਸ਼ਾਮ ਨੂੰ ਸੁਖਵਿੰਦਰ ਸਿੰਘ ਉਨਕੇ ਘਰ ਨਹੀਂ ਪਹੁੰਚਾ ਤਾਂ ਉਸਕੀ ਪਤਨੀ ਜੋ ਗੀਤਾ ਰਾਣੀ ਸੀ ਉਸਨੇ ਉਸਕੇ ਜੋ ਟੈਕਸੀ ਕੇ ਮਾਲਿਕ ਰਣਜੀਤ ਸਿੰਘ ਨੂੰ ਕਾਲ ਕੀਤਾ ਸੀ ਕਿ ਕਿਆ ਹੋਇਆ, ਤਾਂ ਉਹ ਉਸਨੇ ਪੂਰਾ ਬਤਾਇਆ ਕਿ ਕੋਟ ਇਸੇ ਖਾਂ ਸਾਡੀ ਗਾਡੀ ਗਈ ਸੀ, ਲੇਕਿਨ ਉਹ ਗਾਡੀ ਹੁਣ ਤੱਕ ਵਾਪਸ ਨਹੀਂ ਆਈ। ਫਿਰ 12 ਮਾਰਚ ਨੂੰ ਸੁਖਵਿੰਦਰ ਸਿੰਘ ਕੀ ਲਾਸ ਹੈਗੀ ਜੋ ਪਿੰਡ ਮੀਰ ਮੁਹੰਮਦ ਤੋਂ ਪਿੰਡ ਅਮੀਵਾਲਾ ਨੂੰ ਜਾਂਦੀ ਲਿੰਕ ਰੋਡ ਪਰ ਸੜਕ ਦੇ ਕਿਨਾਰੇ ਕਣਕ ਦੇ ਖੇਤ ਵਿੱਚ ਮਿਲੀ ਸੀ। ਤਾਂ ਉਸਕੇ ਬਾਅਦ ਮੈਂ ਪੁਲਿਸ ਨੂੰ ਇਤਲਾਹ ਮਿਲੀ ਕਿ ਇਹ ਡੈਡ ਬੋਡੀ ਇੱਥੇ ਪੜੀ ਹੈ, ਡੈਡ ਬੋਡੀ ਅਸੀਂ ਕਬਜ਼ੇ ਦੇ ਵਿੱਚ ਲਾ ਕੇ ਔਰ ਉਸਕੀ ਸ਼ਨਾਖਤ ਕੀਤੀ ਕਿ ਇਹ ਕਿਹਦੀ ਡੈਡ ਬੋਡੀ ਹੈਗੀ। ਤਾਂ ਸਾਨੂੰ ਪਤਾ ਲੱਗਿਆ ਕਿ ਇਹ ਸੁਖਵਿੰਦਰ ਸਿੰਘ ਕੀ ਡੈਡ ਬੋਡੀ ਹੈਗੀ। ਫਿਰ ਅਸੀਂ ਉਸੀ ਟਾਈਮ ਪੂਰੇ ਪੰਜਾਬ ਦੇ ਵਿੱਚ ਕੁਐਸਟੀ ਕਰਵਾਈ ਸੀ ਕਿ ਇਹ ਗਾੜੀ ਸਨੈਚ ਕਰਕੇ ਕਿੱਥੇ ਲੈ ਗਈ ਹੈ, ਮਰਡਰ ਕਰਕੇ ਚਲੇ ਗਏ ਟੈਕਸੀ ਡਰਾਈਵਰ ਕਾ। ਤਾਂ ਸਾਡੀ ਕੁਐਸਟੀ 'ਤੇ ਪੂਰੇ ਪੰਜਾਬ ਮੈਂ ਨਾਕਾਬੰਦੀ ਕੀਤੀ ਗਈ। ਤਾਂ ਇੱਕ ਗਾੜੀ ਹਮੜਾ ਰੋਡ ਲੁਧਿਆਣੇ ਦੇ ਵਿੱਚ ਇਹ ਨੰਬਰ ਕੀ ਗਾੜੀ ਖੜ੍ਹੀ ਸੀ, ਸਾਡੇ SHO ਸਾਹਿਬ ਨੇ ਉਹਨਾਂ ਨੂੰ ਉਸਕੇ ਇੰਜਨ ਨੰਬਰ 33 ਨੰਬਰ ਦੱਸੇ ਤਾਂ ਕਿ ਵੈਰੀਫਾਈ ਹੋ ਸਕੇ ਉਹ ਹੀ ਗਾੜੀ ਹੈਗੀ, ਕੋਈ ਫੇਕ ਨੰਬਰ ਤਾਂ ਨਹੀਂ ਹੈਗਾ। ਤਾਂ ਵੈਰੀਫਾਈ ਹੋ ਕਿ ਉਹ ਗਾੜੀ PB11Q9890 ਹੀ ਉਹ ਗਾੜੀ ਸੀ। ਜਦੋਂ ਉਹ ਗਾੜੀ ਨੇ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਸਿਕਿਉਰਿਟੀ ਗਾਰਡ ਕੀ ਵਰਦੀ ਪਈ ਹੋਈ ਸੀ। ਤਾਂ ਵਹਾਂ ਸੇ ਅਸੀਂ ਪੂਰੇ ਸਿਸਟਮ ਕੋ ਮਤਲਬ ਕੋਰੀਲੇਟ ਕਰਦੇ ਹੋਏ ਉਸ ਸਿਕਿਉਰਿਟੀ ਏਜੰਸੀ ਮੈਂ ਅਸੀਂ ਗਏ, ਰਾਧਾ ਕ੍ਰਿਸ਼ਨ ਸਿਕਿਉਰਿਟੀ ਗਾਰਡ ਕੰਪਨੀ ਸੀ ਲੁਧਿਆਣਾ ਦੇ ਵਿੱਚ। ਤਾਂ ਉਹਨਾਂ ਦਾ ਇਹ ਕਰਮਚਾਰੀ ਸੀ ਅਰਵਿੰਦਰ ਸਿੰਘ, ਤਾਂ ਉੱਥੋਂ ਸੇ ਪਤਾ ਲੱਗਿਆ ਕਿ ਇਹ ਉੱਥੋਂ ਸੇ 4 ਦਿਨ ਕੀ ਛੁੱਟੀ ਲੈ ਕੇ ਗਿਆ ਹੋਇਆ ਸੀ। ਉਸਕੇ ਬਾਅਦ ਮੈਂ ਅਸੀਂ ਮੌਕੇ 'ਤੇ ਟਾਵਰ ਡੰਪ ਚੁਕਾਏ, ਟੈਕਨੀਕਲ ਐਵੀਡੈਂਸ ਅਤੇ ਸਾਰੀ ਸਾਇੰਟੀਫਿਕ ਅਸੀਂ ਇਨਵੈਸਟੀਗੇਸ਼ਨ ਕੀਤੀ। ਉਸਕੇ ਬਿਹਾਫ 'ਤੇ ਅਸੀਂ ਟੋਟਲ 4 ਬੰਦੇ ਇਸ ਕੇਸ ਦੇ ਵਿੱਚ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ। 2 ਬੰਦੇ ਅਸੀਂ ਅਰੈਸਟ ਕਰ ਲਏ ਹੈਗੇ, ਅਰਵਿੰਦਰ ਸਿੰਘ ਔਰ ਗੁਰਪਾਲ ਸਿੰਘ, ਜੋ ਬਰਨਾਲਾ ਔਰ ਸਦਰ ਜ਼ੀਰਾ ਕੇ ਰਹਿਣ ਵਾਲੇ ਹੈਗੇ। ਇੱਕ ਵਕਵਾ ਕੇ ਸਮੇਂ ਵਰਤੀਆ ਮੋਟਰਸਾਈਕਲ ਹੀਰੋਂਡਾ ਸਪਲੈਂਡਰ PB19B8706 ਔਰ ਸਵਿਫਟ ਕਾਰ ਥੀ, ਉਹ ਦੋਨੋਂ ਅਸੀਂ ਰਿਕਵਰ ਕਰ ਲਈ ਹੈਗੀ। 2 ਦੋਸ਼ੀ ਅਜੇ ਫੜਨ ਦੇ ਵਿੱਚ ਅਭੀ ਬਾਕੀ ਹੈਗੇ, ਅਸੀਂ ਆਸ ਕਰ ਰਹੇ ਹਾਂ ਕਿ ਜਲਦੀ ਉਹਨਾਂ ਨੂੰ ਫੜ ਲੈਂਗੇ। ਇਨਕਾ ਬੇਸਿਕਲੀ ਗਾਡੀ ਕੋ ਲੁੱਟਣੇ ਕਾ ਹੀ ਮਕਸਦ ਥਾ ਕਿ, ਲੇਕਿਨ ਕੁਛ ਇਨਕੇ ਮਨ ਮੇ ਪਤਾ ਨਹੀਂ ਕਿਆ ਆਇਆ ਕਿ ਉਸਨੇ ਜੋ ਟੈਕਸੀ ਡਰਾਈਵਰ ਥਾ ਵੋ ਉਨਕੀ ਆਈਡੈਂਟੀਟੀ ਡਿਸਕਲੋਜ਼ ਕਰ ਦੇਗਾ, ਇਸ ਮਕਸਦ ਸੇ ਉਸਕਾ ਮਰਡਰ ਕਰਕੇ ਉਸਕੋ ਰਾਸਤੇ ਮੇ ਛੱਡ ਕੇ ਚਲੇ ਗਏ ਸੀ। ਇਹ ਸਰ ਅੱਗੇ ਵੀ ਇੱਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੈਗੇ ਸੀਗੇ? ਅਸੀਂ ਵੈਰੀਫਾਈ ਕਰ ਰਹੇ ਹੈਗੇ, ਲੇਕਿਨ ਜੋ 2 ਹੈ ਪਕੜੇ ਹੈ ਉਹ ਅਭੀ ਇਸ ਚੀਜ਼ ਕੋ ਨਹੀਂ ਮੰਨ ਰਹੇ ਕਿ ਅਸੀਂ ਕੋਈ ਪਹਿਲੇ ਵੀ ਵਾਰਦਾਤ ਕੀਤੀ ਹੈ। ਇਨਕਾ ਜੋ ਪਿਛੋਕੜੇ ਵੀ ਅਸੀਂ ਚੈੱਕ ਕਰ ਰਹੇ ਹਾਂ, ਲੇਕਿਨ ਇਨਕਾ ਜੋ ਇੱਕ 2 ਬੰਦੇ ਹੋਰ ਫੜ ਮੇ ਆ ਜਾਏਗੇ, ਉਸਕੇ ਬਾਅਦ ਮੈਂ ਅਸਲੀ ਮਾਜਰਾ ਪਤਾ ਲੱਗੇਗਾ ਕਿ ਇਹ ਬੇਸਿਕਲੀ ਹੋਆ ਕਿਆ ਥਾ, ਕਿਉਂ ਇਹ ਗੈਂਗ ਕੈਸੇ ਬਣਾ ਇਨਕਾ। ਹੁਣ ਟੋਟਲ ਕਿੰਨੇ ਬੰਦੇ ਫੜੇ ਹੈਗੇ ਸਰ? ਟੋਟਲ 2 ਬੰਦੇ ਅਸੀਂ ਫੜ ਲਏ, ਅਰਵਿੰਦਰ ਔਰ ਗੁਰਪਾਲ ਸਿੰਘ। ਮਾਸਟਰ ਮਾਈਂਡ ਕੌਣ ਸਰ? ਸਾਰੇ 4 ਇਹ ਗੈਂਗ ਹੈ ਇਹਨਾਂ ਦਾ ਟੋਟਲੇ।